ਇਕੱਠੇ ਰਹੇ ਤੇ ਵਖਰੇ ਵਾਂ ਕੀ ਹੋਏਗਾ ਸਾਡੀਆਂ ਤੇ ਗੁੜਤੀਆਂ ਸਾਂਝੀਆਂ ਨੇ ਹਨਾ ਜੀ ਮੈਂ ਤੇ ਬਹੁਤ ਇਮੋਸ਼ਨਲ ਸੀ ਅੱਜ ਮੈਂ ਤੇ ਬਹੁਤ ਇਮੋਸ਼ਨਲ ਹੋ ਗਈ ਸਾਡੇ ਤੇ ਜੜਾਂ ਦੇ ਰਿਸ਼ਤੇ ਆ दो तीन दिन तो मतलब एक्साइटमेंट लेवल हाई सी राती नींद नहीं आई काफी अक्सर खुशी से नींद नहीं आती वो खुशी से नींद नहीं आई एंड जदों इत्थे आपां दोनों गेटां तो एंटर कीते ना सिजदा कीता जदों मैं पहला पैर अंदर रखिया पाकिस्तान ने मेरे गूजबम खड़े हो यानी लू कंडे खड़े हो साडी जड़ दी मिट्टी एक है और असी अड अड हो के रिक्शे दियां मोहल्ले दियां शामां भी करदे आं दुआवां भी मंगदे आं पर साडी सारे दी जड़ दी मिट्टी एक है और असी उस जड़ ते हाजिर हां ਵੱਖਰੀ ਤਰ੍ਹਾਂ ਦੀ ਭਾਵਨਾ ਤੁਸੀਂ ਉਹਨੂੰ ਸਮਝ ਲਓ ਇਹਨੂੰ ਹੁਣ ਮੈਂ ਸ਼ਬਦਾਂ ਚ ਨਹੀਂ ਕਹਿ ਸਕਦਾ ਜੀ ਸਾਰਿਆਂ ਨੂੰ ਸਾਡੇ ਵੱਲੋਂ ਸਲਾਮ ਜੀ ਮੈਂ ਸਮਝਦਾ ਜੀ ਕਿ ਸਾਡੇ ਜਿਹੜੀ ਸਾਡੀ ਜੜ ਦੀ ਮਿੱਟੀ ਇੱਕ ਹੈ ਔਰ ਅਸੀਂ ਅੱਡ ਅੱਡ ਹੋ ਕੇ ਵਿਕਸਦੇ ਦੀਆਂ ਮੋਲਦੇ ਦੀਆਂ ਸ਼ਾਮਾਂ ਵੀ ਕਰਦੇ ਹਾਂ ਦੁਆਵਾਂ ਵੀ ਮੰਗਦੇ ਹਾਂ ਪਰ ਸਾਡੀ ਸਾਰਿਆਂ ਦੀ ਜੜ ਦੀ ਮਿੱਟੀ ਇੱਕ ਹੈ ਔਰ ਅਸੀਂ ਉਸ ਜੜ ਤੇ ਹਾਜ਼ਰ ਹਾਂ ਔਰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਮੈਂ ਅਦਾਕਾਰ ਦੇ ਤੌਰ ਦੇ ਉੱਤੇ ਪਾਕਿਸਤਾਨ ਟੈਲੀਵਿਜ਼ਨ ਦੇ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਉਹਨਾਂ ਨਾਲ ਜੁੜਿਆ ਰਿਹਾ ਨਾਸਰ ਭਾਈ ਦੁਨੀਆ ਦੇ ਕਾਫੀ ਅੱਛੇ ਮੁਲਕਾਂ ਦੇ ਵਿੱਚ ਜਾਣ ਦਾ ਵੱਡਿਆਂ ਵੱਡਿਆਂ 'ਚ ਮੌਕਾ ਮਿਲਿਆ ਉਹ ਐਕਸਾਈਟਮੈਂਟ ਇੰਨੀ ਲੈਵਲ ਦੀ ਨਹੀਂ ਸੀ ਜੋ ਇੱਥੇ ਆਉਣ ਲਈ ਅੱਜ ਸੀ ਦੋ ਤਿੰਨ ਦਿਨ ਤੋਂ ਮਤਲਬ ਐਕਸਾਈਟਮੈਂਟ ਲੈਵਲ ਹਾਈ ਸੀ ਰਾਤੀ ਨੀਂਦ ਨਹੀਂ ਆਈ ਕਾਫੀ ਵੀ ਆਪਾਂ ਖੁਸ਼ੀ 'ਚ ਨੀਂਦ ਨਹੀਂ ਆਉਂਦੀ ਉਹ ਖੁਸ਼ੀ 'ਚ ਨੀਂਦ ਨਹੀਂ ਆਈ ਐਂਡ ਜਦੋਂ ਇੱਥੇ ਆਪਾਂ ਦੋਨਾਂ ਗੇਟਾਂ ਤੋਂ ਐਂਟਰ ਕੀਤੇ ਨਾ ਸਿਜਦਾ ਕੀਤਾ ਜਦੋਂ ਮੈਂ ਪਹਿਲਾ ਪੈਰ ਅੰਦਰ ਰੱਖਿਆ ਪਾਕਿਸਤਾਨ ਨੇ ਮੇਰੇ ਗੂਜ਼ਬੰਪ ਖੜੇ ਹੋ ਗਏ ਯਾਨੀ ਲੂ ਕੰਡੇ ਖੜੇ ਹੋ ਇੱਕ ਪੁਰਖਿਆਂ ਦੀ ਧਰਤੀ 1947 ਸਾਡੇ ਬਜ਼ੁਰਗ ਆਏ ਸੀ ਕਸੂਰ ਡਿਸਟ੍ਰਿਕਟ ਕਸੂਰ ਪਿੰਡ ਸੀ ਸਰਾਇ 'ਚ ਹੁਣ ਸਾਨੂੰ ਤਾਂ ਪਤਾ ਹੀ ਨਹੀਂ ਬਟ ਸਿਰਫ ਦੇਖਿਆ ਤੁਸੀਂ ਵੀਡੀਓ ਇੱਕ ਬਣਾਇਆ ਸੀ ਉਹ ਦੇਖਿਆ ਉਹਦੇ ਜ਼ਰੀਏ ਹੈ ਨਾ ਤੋ ਇੱਕ ਵੱਖਰੀ ਤਰ੍ਹਾਂ ਦੀ ਭਾਵਨਾ ਤੁਸੀਂ ਉਹਨੂੰ ਸਮਝ ਲਓ ਇਹਨੂੰ ਹੁਣ ਮੈਂ ਸ਼ਬਦਾਂ 'ਚ ਨਹੀਂ ਕਹਿ ਸਕਦਾ ਕੁੜਤਾ ਬਣਾਉਣਾ ਹੀ ਕੁੜਤਾ
ਆਪਣੀ ਅਕੀਦੇ ਦੇ ਮੁਤਾਬਿਕ ਚਾਦਰ ਦੇ ਫੁੱਲਾਂ ਨੂੰ ਜਨਾਜ਼ਾ ਪੜ੍ਹ ਕੇ ਦਫਨਾਇਆ ਸੀ। ਅੰਦਰ ਸਮਾਧ ਹੈ ਜਿੱਥੇ ਮਹਾਰਾਜ ਦੀ ਚਾਦਰ ਦੇ ਫੁੱਲਾਂ ਦਾ ਸੰਸਕਾਰ ਹੋਇਆ ਜੀ। ਇਹ ਦੋਵੇਂ ਅਸਥਾਨ ਮੌਜੂਦ ਨੇ ਜੀ ਤੇ ਮਹਾਰਾਜ ਦਾ ਪ੍ਰਕਾਸ਼ ਜੀ ਆਪਣੇ ਅਕੀਦੇ ਦੇ ਮੁਤਾਬਿਕ ਜਨਾਜ਼ਾ ਪੜ੍ਹ ਕੇ ਦਫਨਾਇਆ ਸੀ। ਇਹ ਹੈ ਮਜ਼ਾਰ ਸਾਹਿਬ, ਅੰਦਰ ਸਮਾਧ ਬਣੀ ਹੈ, ਚਾਦਰ ਦੇ ਫੁੱਲਾਂ ਦਾ ਸੰਸਕਾਰ ਹੋਇਆ ਉਹ ਅੰਦਰ। ਉਧਰੋਂ ਜਦੋਂ ਇਧਰਲੇ ਪਾਸੇ ਬਾਰਡਰ ਕ੍ਰੋਸ ਕੀਤਾ ਤੇ ਸਾਨੂੰ ਪਤਾ ਨੀ ਲੱਗਾ ਕਿ ਬਾਰਡਰ ਹੈ, ਇੰਝ ਲੱਗਾ ਹੀ ਨਹੀਂ, ਮਤਲਬ ਉਸ ਤਰ੍ਹਾਂ ਦੇ ਹੀ ਸਾਰੇ ਸਾਡੇ ਆਪਣੇ ਉੱਧਰ ਨੇ, ਉਸ ਤਰ੍ਹਾਂ ਦੇ ਸਾਰੇ ਸਾਡੇ ਆਪਣੇ। All right.
ਖਾਣਾ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ? ਮਾਤਾ ਜੀ ਖਾਣਾ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ? ਕਹਿੰਦਾ ਮੇਰਾ ਜੀ ਚਿਕਨ ਕਹਿੰਦਾ ਚੁਪਿਆ ਨੀ ਕਰਦਾ ਹਾਏ ਹਾਏ ਹਾਏ।